ਵਧੀਆ ਨਾ ਬਾਰੇ ਬਾਰ ਲੈ ਲਿਆ ਪਿੰਡ ਦੇ। ਹਾਂਜੀ ਸੋਹਣਾ ਬੇਬੇ ਦੇ ਕੰਮ ਕਰੀ ਜਾਂਦੀ ਚਾਹ ਚੜਿਆ ਪਿਆ ਨਵੇਂ ਘਰ ਦਾ। ਹਰਪ੍ਰੀਤ ਸਤਿ ਸ੍ਰੀ ਅਕਾਲ ਪੁੱਤ, ਹੋਰ ਕਿਵੇਂ ਹੋ ਤੁਸੀਂ? ਠੀਕ ਆ ਵਧੀਆ। ਤੁਸੀਂ ਕਦੋਂ ਆ ਗਏ ਸੀ? ਮੈਂ ਤਾਂ ਪੁੱਤ ਪਰਸੋਂ ਹੀ ਆ ਗਈ ਸੀਗੀ। ਅੱਛਾ ਤੇ ਮਾਮਾ ਠੀਕ ਹੈ ਹੁਣ? ਹਾਂ ਠੀਕ ਆ ਸਾਰੇ। ਚਲ ਬਹਿ ਜਾ, ਮੈਂ ਬਹਿ ਜਾ ਨਹੀਂ ਕੋਈ। ਹੋਰ ਤਾਂ ਸਾਰੇ ਠੀਕ ਆ, ਤੂੰ ਦੱਸ ਕਿਵੇਂ ਆ ਤੇਰੇ ਪੇਕੇ ਸਾਰੇ? ਵਧੀਆ ਨੇ ਸਾਰੇ ਮਾਂ। ਚਲ ਵਧੀਆ ਹੋ ਗਿਆ ਤੂੰ ਆ ਗਈ, ਮੇਰਾ ਤਾਂ ਨਾ ਜੀ ਨਹੀਂ ਲੱਗਦਾ ਸੀ। ਇੱਕ ਤਾਂ ਆਹ ਘਰ ਜਾਣਾ ਵਾਗਾ ਹੈ, ਇੱਕ ਉਂ ਕੱਲੀ ਜੀ ਰਹਿ ਗਈ। ਸੱਚ ਵਧਾਈਆਂ ਤੇ ਨਵੇਂ ਘਰ ਦੀਆਂ। ਤੈਨੂੰ ਪੁੱਤ ਸਵਾ ਵਧਾਈਆਂ, ਤੁਹਾਡੇ ਨਾਲ ਹੀ ਆ ਮੇਰੇ ਵੀ। ਹੁਣ ਤਾਂ ਮੈਂ ਆ ਗਈ, ਹੁਣ ਤਾਂ ਤੇਰਾ ਜੀ ਬਥੇਰਾ ਲਵਾਉਂਗੀ ਤੇ ਹੋਰ ਹੁਣ ਤਾਂ ਵਾਧੂ ਰੌਣਕ ਲੱਗੂਗੀ। ਇਹ ਤਾਂ ਆਉਂਦੀ ਨਹੀਂ ਸੀ ਅਜੇ, ਮਸਾ ਲਿਆਂਦੀ ਹੈ, ਜੀ ਲਾਈ ਬੈਠੀ ਸੀਗੀ। ਚਲ ਐ ਤਾਂ ਹੁਣ ਪੇਕੇ ਜਾ ਕੇ ਜੀ ਲੱਗ ਹੀ ਜਾਂਦਾ ਪੁੱਤ। ਹੋਰ ਬਾਬਾ ਸਮਾਨ ਦੇ ਕੇ ਤੋਰਿਆ ਐ ਕਿਦੇ ਨੂੰ? ਅੱਛਾ ਮੰਮੀ ਮੈਂ ਆ ਕੇ ਕੀ ਕਰਨਾ ਸੀ? ਤੁਸੀਂ ਤਾਂ ਮਾਮੇ ਕੋਲ ਗਏ ਹੋਏ ਸੀਗੇ। ਉਹ ਮੈਂ ਤਾਂ ਪੁੱਤ 2-4 ਦਿਨ ਲਾਉਣ ਲਾਏ ਸੀ ਬਸ, ਫਿਰ ਮੈਂ ਆ ਗਈ। ਉੱਥੇ ਵੀ ਨਹੀਂ ਮੇਰਾ ਜੀ ਲੱਗਿਆ, ਉੱਥੋਂ ਮੈਨੂੰ ਆਇਆ ਹੋਵੇ ਮੈਂ ਘਰੇ ਜਾਵਾਂ। ਜੇ ਘਰੇ ਇੱਥੇ ਆ ਗਈ ਤਾਂ ਤੈਨੂੰ ਪਤਾ ਹੀ ਆ ਹੁਣ ਘਰੇ ਆਪਣੇ। ਕੋਈ ਨਾ ਦੀਦੀ ਟੈਨਸ਼ਨ ਨਾ ਲਓ, ਹੁਣ ਮੈਂ ਪੂਰਾ ਜੀ ਲਵਾ ਕੇ ਰੱਖੂੰਗੀ। ਆਹੋ ਤੇਰੇ ਨਾਲ ਤਾਂ ਵਾਧੂ ਰੌਣਕਾਂ ਲੱਗ ਜਾਣਗੀਆਂ। ਕਿਵੇਂ ਭਾਬੀ? ਇੱਥੇ ਅੰਦਰ ਨਾ ਬੇਬੇ ਜਸਮੀਤ ਦੇਖਦੀ ਆ ਕਿਤੇ, ਮੈਂ ਇੱਥੇ ਹੋਣੀ ਆ ਕਿਤੇ, ਮੈਨੂੰ ਨਹੀਂ ਪਤਾ ਪੈ ਗਈ ਹੋਣੀ ਆਗੀ। ਨਾ ਬਾਈ ਦੇਖਦਾ ਕਿ ਕੰਮ ਤੇ ਜਾ ਵੜਿਆ ਬਾਈ, ਉਹ ਤਾਂ ਕੰਮ ਤੇ ਗਿਆ ਹੋਇਆਗਾ। ਉਹ ਆ ਗਈ ਭਾਬੀ ਤਾਂ। ਮੰਮੀ ਮੇਰਾ ਸਿਰ ਜਾ ਬਾਲਾ ਦੁਖੀ ਜਾਂਦਾ, ਮੈਂ ਅੰਦਰ ਜਾਣੀ ਆ ਰੱਖ ਕਰ। ਚੰਗਾ ਚੰਗਾ ਪੁੱਤ ਪਾਇਆ ਜਾ ਕੇ, ਹੁਣ ਤਾਂ ਚੰਗੀ ਭਲੀ ਸੀ। ਕੀ ਹੋ ਗਿਆ ਨਾ? ਚੱਲ ਕੋਈ ਨਾ ਭਾਬੀ, ਮੈਨੂੰ ਲੱਗਦਾ ਨਾ ਗੱਡੀ 'ਚ ਹੁਣ ਘੇਰ ਘੂਰ ਜੀ ਚੜ ਗਈ, ਉਹਨੂੰ ਸਿਰ ਦੁਖਣ ਲੱਗ ਗਿਆ ਹੋਊਗਾ। ਹੋਰ ਤੂੰ ਠੀਕ ਆ? ਹਾਂ ਮੈਂ ਤਾਂ ਠੀਕ ਹੈ, ਬੁਲਾਇਆ ਵੀ ਨਹੀਂ ਆ ਕੇ। ਚਲ ਉਹ ਚਲ ਕੋਈ ਨਹੀਂ, ਘੇਰ ਚੜ ਗਈ ਸਿਰ ਦੁਖਣ ਲੱਗ ਗਿਆ, ਜਾਂ ਚਾਹ ਬਣਾ ਦੇ ਘੁੱਟ ਉਹਨੂੰ, ਚਾਹ ਪੀ ਲੂਗੀ। ਚਾਹ ਬਣਾ ਕੇ ਦੇਖਤੀ ਨਾ ਉਹਨੂੰ, ਉਹ ਜਾ ਕੇ ਕਰ ਲਿਓ ਗੱਲਾਂ ਬਾਤਾਂ। ਹਾਂ ਹਾਂ ਠੀਕ। ਹਾਂ ਸੱਚ, ਉਹ ਮੈਂ ਲਿਆਉਣਾ ਕੱਪੜੇ ਚੱਕ ਕੇ ਗੱਡੀ 'ਚ ਨਾ, ਇਹਦੇ ਭਰਾ ਨੇ ਤੇ ਇਹਦੀ ਮੰਮੀ ਨੇ ਦਿੱਤੇ ਆ ਕੱਪੜੇ, ਤੇਰੇ ਵਾਸਤੇ ਹੀ ਭੇਜੇ ਆ। ਅੱਛਾ ਅੱਛਾ, ਨਾ ਮੈਨੂੰ ਤਾਂ ਕੀ ਸੀਗਾ, ਵੀਰ ਨੂੰ ਕਹਿ ਦਿੰਦਾ ਵੀ? ਨਹੀਂ ਨਹੀਂ, ਉਹ ਕਹਿੰਦਾ ਉਹ ਵੀ ਮੇਰੀ ਭੈਣ, ਮੈਨੂੰ ਤਾਂ ਕਹਿੰਦਾ ਸੀ, ਕਹਿੰਦਾ ਮੈਂ ਲੈ ਕੇ ਆਊਂਗਾ। ਮੈਂ ਕਿਹਾ ਚੱਲ ਹਜੇ 4-5 ਦਿਨ ਕੰਮ ਕਰਨਾ ਸੀ, ਠੀਕ ਹੈ ਵੀ ਘਰ ਦੀ ਸਾਫ਼ ਸਫਾਈ ਜੀ, ਫਿਰ ਉਦੋਂ ਬਾਅਦ 'ਚ ਲੈ ਜਾਓ, ਤੈਨੂੰ ਲੈਣ ਆਉਣਗੇ। ਚੰਗਾ ਉਹ? ਹਾਂ ਹਾਂ ਕੋਈ ਨਾ। ਹਾਂ ਠੀਕ ਹੈ, ਮੈਂ ਚੱਲ ਮੈਂ ਲਿਆਉਣਾ ਬੇਬੇ ਕੱਪੜੇ ਕੱਢ ਕੇ। ਚੰਗਾ ਜਾ ਚੱਕ ਲਿਆ। ਹਾਂ ਜਾ ਤੂੰ ਬਣਾ ਦੇ ਚਾਹ। ਇਹਨੂੰ ਕੀ ਹੋ ਗਿਆ, ਕੁਦਮ ਸਿਰ ਜਾ ਦੁਖਣ ਲੱਗ ਗਿਆ ਤਾਂ ਲੱਗਦਾ। ਹਰਪ੍ਰੀਤ ਨੂੰ ਮੇਰੀਆਂ ਕਹੀਆਂ ਗੱਲਾਂ ਦਾ ਅਸਰ ਹੋ ਗਿਆ, ਬਸ 2-4 ਗੱਲਾਂ ਹੋਰ ਕਹਿਣੀਆਂ ਨੇ, ਫਿਰ ਹਰਪ੍ਰੀਤ ਮੇਰੇ ਇਸ਼ਾਰਿਆਂ 'ਤੇ ਅਤੇ ਮਨਿੰਦਰ ਸਾਡੇ ਇਸ਼ਾਰਿਆਂ 'ਤੇ। ਹਰਪ੍ਰੀਤ ਮਾੜਾ ਸਮਾਰ ਕੇ ਜੇ ਮਾਰਦੇ ਝਾੜੂ, ਬਾਹਲੀ ਮਿੱਟੀ ਜਿਹੀ ਹੋਈ ਪਈ ਹੈਗੀ, ਊਂ ਤਾਂ ਇਹ ਧੋਣਾ ਹੀ ਪੈਣਾ ਗਾ। ਆਹੋ ਮਾਤਾ, ਚਲ ਅਸੀਂ ਮਾੜਾ ਚੱਲਦੇ ਹਾਂ। ਚੰਗਾ ਨਾ, ਕਿੱਥੇ ਚੱਲੇ ਹੋ ਤੁਸੀਂ ਹੁਣ? ਮਨਿੰਦਰ ਕੇ ਪਿੰਡ ਜਾਂਦੇ ਹਾਂ, ਉੱਥੇ ਨਾ ਜ਼ਮੀਨ ਜੀ ਦੀ ਗੱਲ ਕਰਨੀ ਹੈ, ਠੇਕੇ 'ਤੇ ਦੇਣ ਦੀ। ਉਹਨਾਂ ਦਾ ਫੋਨ ਆਇਆ ਸੀ, ਕਹਿੰਦੇ ਆ ਜਾਓ। ਲੈ ਜ਼ਮੀਨ ਠੇਕੇ 'ਤੇ ਦੇਣੀ ਹੈ? ਕਿਹਦਾ ਫੋਨ ਆਇਆ ਸੀ? ਪਹਿਲਾਂ ਦਿੰਦੀ ਤਾਂ ਹੈ ਜ਼ਮੀਨ ਠੇਕੇ 'ਤੇ, ਚਾਚੇ ਦੇ ਮੁੰਡੇ ਦਾ ਫੋਨ ਆਇਆ ਸੀਗਾ, ਉਹ ਆ ਕੇ ਵੀ ਗਏ ਸੀਗੇ ਇੱਥੇ, ਉਹ ਕਹਿੰਦੇ ਹੁਣ ਸਾਨੂੰ ਦਿਓ ਠੇਕੇ 'ਤੇ ਜ਼ਮੀਨ। ਲੈ ਹੁਣ ਉਹਨਾਂ ਨੂੰ ਠੇਕੇ 'ਤੇ ਜ਼ਮੀਨ ਯਾਦ ਆ ਗਈ, ਜੇ 4 ਦਿਨ ਤੇਰੇ ਕੋਲ ਆ ਗਏ ਤੇ ਤੂੰ ਜ਼ਮੀਨ ਉਹਨਾਂ ਨੂੰ ਦੇਣ ਤੁਰ ਪਈਗੀ। ਉਹ ਚੱਲ ਕੋਈ ਨਾ ਮਾਤਾ, ਫਿਰ ਕੀ ਅਜੇ ਆ ਗਏ ਤਾਂ ਹੁਣ, ਜਦੋਂ ਅਗਲੇ ਨੇ ਕਹੀ ਦਿੱਤਾ ਫਿਰ ਐਵੇਂ ਵਿਗੜਾਂਗੇ ਬਾਅਦ 'ਚ ਕੀ ਫਾਇਦਾ, ਵਧੀਆ ਮਿਲਦੇ ਵਰਤਦੇ ਰਹਿ ਜਾਂਗੇ। ਚੱਲ ਭਾਈ, ਤੂੰ ਤਾਂ ਆਪਦੀ ਤੀਵੀਂ ਦੀ ਗੱਲ ਮੰਨਣੀ ਹੈ, ਮੇਰੀ ਕਿਹੜਾ ਸੁਣਨੀ ਹੈਗੀ। ਮੈਂ ਤਾਂ ਤੁਹਾਨੂੰ ਇਹ ਕਹਿੰਦੀ ਸੀ ਵੀ ਅਗਲੇ ਨੇ ਜੇ ਕੱਲ੍ਹ ਨੂੰ ਤੁਹਾਨੂੰ ਨਾ ਪੈਸੇ ਟਕਾ ਪੂਰਾ ਦਿੱਤਾ ਫਿਰ ਕੀ ਕਰੋਗੇ? ਮੰਮੀ ਪੈਸਿਆਂ ਦੀ ਗੱਲ ਨਹੀਂ, ਜਦੋਂ ਮੇਰੇ ਭਰਾ ਨੇ ਕਹਿਤਾ ਮੈਂ ਉਹਦੀ ਗੱਲ ਕਿਵੇਂ ਮੋੜਾਂ? ਉਹਨਾਂ ਦੇ 5-7 ਸਾਲ ਹੋ ਗਏ ਮਾਤਾ ਉਹਨਾਂ ਕੋਲ ਜ਼ਮੀਨ ਨੂੰ, ਮੁੜ ਕੇ ਮੈਂ ਦਾਬਾ ਮਾਰ ਲੈਣਗੇ ਹੈ, ਗਰਦੌਰੀਆਂ ਕਰਾ ਕਰਾ ਮੁੜ ਕੇ ਐਵੇਂ ਕੀ ਕਰਾਂਗੇ? ਨਾਲੇ ਜ਼ਮੀਨ ਜਾਊਗੀ ਆਪਦੇ ਬੰਦੇ ਕੋਲ ਰਹੂਗੀ, ਨਾਲੇ ਆਪਦੇ ਹੱਕ 'ਚ ਤਾਂ ਖੜੂਗਾ ਬੰਦਾ ਉਹ ਮਾਤਾ, ਨਾਲੇ ਅਗਲਾ ਸਾਨ ਮੰਨੂਗਾ। ਵੀ ਭਾਈ ਜਿਵੇਂ ਤੈਨੂੰ ਠੀਕ ਲੱਗਦਾ ਕਰ ਲਾ, ਤੂੰ ਤਾਂ ਮੈਨੂੰ ਇੱਕ ਦੱਸਣ ਆ ਗਿਆ, ਮੈਨੂੰ ਕਿਹੜਾ ਤੂੰ ਪੁੱਛਿਆ, ਜਾਂ ਮੇਰੇ ਨਾਲ ਕੋਈ ਬੈਠ ਕੇ ਰਾਏ ਕੀਤੀ ਹੈ, ਗੱਲ ਤਾਂ ਤੂੰ ਆਪਦੀ ਤੀਵੀਂ ਦੀ ਮੰਨਦਾਗਾ। ਉਹ ਗੱਲ ਜਿਹੜੀ ਦੱਸਣ ਵਾਲੀ ਹੁੰਦੀ ਹੈ ਮਾਤਾ, ਦੱਸਦਾ ਤਾਂ ਹੈਗਾ, ਹੁਣ ਹਰੇਕ ਗੱਲ ਕੀ ਦੱਸਾਂ ਹੁਣ ਤੈਨੂੰ, ਕੀ ਹੋਇਆ ਤੇਰੇ ਦਿਮਾਗ ਨੂੰ ਮੈਨੂੰ ਸਮਝ ਨਹੀਂ ਆਉਂਦੀ।
ਮੇਰੇ ਦਿਮਾਗ ਨੂੰ ਤਾਂ ਕੁਛ ਨਹੀਂ ਹੋਇਆਗਾ, ਤੁਹਾਨੂੰ ਲੱਗਦਾ ਮੇਰੇ ਨੂੰ ਕੁਛ ਹੋਇਆਗਾ, ਜਿਹੜੀਆਂ ਗੱਲਾਂ ਤੁਸੀਂ ਕਰਦੇ ਫਿਰਦੇ ਨਾ ਚੰਗੀਆਂ ਨਹੀਂ। ਉਹ ਨਾਲੇ ਉਧਰ ਨੱਕ ਪੂਰਾ ਕਰ ਆਵਾਂਗੇ, ਨਾਲੇ ਇਹਨੂੰ ਦਵਾਈ ਦਵਾ ਕੇ ਲਿਆਉਣੀ ਆ, ਕੰਨ ਜੇ ਦਰਦ ਹੁੰਦਾ ਇਹਦੇ। ਜਾ ਵਗ ਜਾਓ, ਲੈ ਆਓ ਦਵਾਈਆਂ। ਚਲ ਮੰਮੀ ਤੁਸੀਂ ਗੁੱਸਾ ਨਾ ਕਰੋ, ਕੋਈ ਗੱਲ ਨਹੀਂ, ਜਿਹੜੀ ਗੱਲ ਹੋਈ ਉੱਥੇ ਤੁਹਾਨੂੰ ਦੱਸਾਂਗੇ ਆ ਕੇ। ਮੈਨੂੰ ਕੀ ਦੱਸਣੀ ਆ ਭਾਈ, ਹੁਣ ਗੱਲਾਂ ਜਿਹੜੀਆਂ ਕਰਕੇ ਚੱਲੇ ਹੋ ਤੁਸੀਂ, ਆਪਦੀ ਪਕਾ ਕੇ ਆ ਜਾਓਗੇ ਉੱਥੇ, ਮੇਰਾ ਕੀ ਦੱਸੋਗੇ ਤੁਸੀਂ ਮੈਨੂੰ ਇੱਥੇ ਗੱਲਾਂ। ਚੱਲ ਯਾਰ ਚੱਲ ਗਏ ਆਪਾਂ, ਇਹ ਤਾਂ ਕਰੀ ਜਾਊਗੀਆਂ। ਰੋਜ਼ ਦਾ ਲਵੀਰਾ ਇਹੀ ਆ। ਹਾਂ ਸੱਚ ਨੇ, ਮੈਂ ਤਾਂ ਭੁੱਲੀ ਬੈਠੀ ਹਾਂ ਵੀ ਇੰਨੇ ਸਾਲ ਹੋ ਗਏ, ਮੈਂ ਤਾਂ ਹਿਸਾਬ ਹੀ ਨਹੀਂ ਲੈਤਾ ਜਾਂ ਠੇਕੇ ਵਾਲੇ ਪੈਸਿਆਂ ਦਾ। ਠੇਕੇ ਦੇ ਪੈਸੇ ਤਾਂ ਇਹਨੂੰ ਮਿਲਦੇ ਹੀ ਹੋਣਗੇ, ਆਪਦੇ ਕੋਲ ਰੱਖਦੀ ਹੈ। ਕੋਈ ਨਹੀਂ, ਆ ਜਾਣਦੇ ਨੂੰ ਫਿਰ ਬਿਠਾ ਕੇ ਹਿਸਾਬ ਲਓ ਸਾਰੇ ਕਾਸੇ ਦਾ ਵੀ ਕਿੰਨੇ ਪੈਸੇ ਤੈਨੂੰ ਠੇਕੇ ਦੇ ਮਿਲਦੇ ਆ, ਕਿੰਨੇ ਨਹੀਂ, ਕੀ ਕਰਦੀ ਹੈ ਪੈਸਿਆਂ ਦਾ, ਖਰਚ ਤਾਂ ਅਸੀਂ ਕਰਦੇ ਹਾਂ ਸਾਰਾ। ਕੋਈ ਨਹੀਂ, ਆਉਣ ਦੇ ਇਹਨੂੰ ਘਰੇ। ਨਿੰਮ ਨੇ ਜੇ ਇਹਨੇ ਵੀ ਲਹੂ ਪੀ ਲਿਆ, ਇੰਨੇ ਪੱਤੇ ਹੁੰਦੇ ਆ, ਆਖਿਆ ਰਾਜਪਾਲ ਨੂੰ ਵੀ ਛਾਂਗ ਦੇ ਇਹਨੂੰ, ਨਾ ਇਹ ਆਖੇ ਲੱਗਦਾ ਗਾ, ਇਹਦੇ ਆਪਦੇ ਸਾਰਾ ਦਿਨ ਬਾਹਰ ਦੇ ਕੰਮ ਨਹੀਂ ਮੁੱਕਦੇ, ਉਸ ਕਰਕੇ ਵੀ ਰਾਜੀ ਨਹੀਂ। ਚਾਚੀ ਮਨਿੰਦਰ ਮਰ ਜਾ ਮੇਰੀ ਧੀ ਆ ਗਈ। ਹੋਰ ਮਾਸੀ ਠੀਕ ਹੋ? ਠੀਕ ਆ ਪੁੱਤ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ, ਜੀ ਆਇਆਂ ਨੂੰ, ਠੀਕ ਆ ਪੁੱਤ, ਆ ਜਾਓ ਬਹਿ ਜਾਓ। ਸਤਿ ਸ੍ਰੀ ਅਕਾਲ ਤਾਂ ਪਾ ਦਿਓ। ਹੋਰ ਠੀਕ ਸੀ ਪੁੱਤ ਸਾਰਾ ਪਰਿਵਾਰ? ਹਾਂ ਬੈਠੋ ਭਾਈ। ਰਾਜਪਾਲ ਕਿੱਥੇ ਚਾਚੀ? ਰਾਜਪਾਲ ਸੁੱਤਾ ਪਿਆ ਸੀ, ਪਾਣੀ ਲਾ ਕੇ ਆਇਆ ਸੀ ਨਾ ਰਾਤ, ਗੋਲ ਮਾਰਦੀ ਆ ਮੈਂ। ਰਾਜਪਾਲ, ਓ ਰਾਜਪਾਲ, ਆ ਦੇਖ ਬਾਹਰ ਕੌਣ ਆਇਆ। ਹੋਰ ਪੁੱਤ ਤੇਰੀ ਮੰਮੀ ਵਰਗੇ ਠੀਕ ਸੀ ਸਾਰੇ? ਹਾਂਜੀ ਹਾਂਜੀ ਸਾਰੇ ਵਧੀਆ ਸੀ। ਚੱਲ ਭਾਈ ਵਧੀਆ ਹੋ ਗਿਆ ਤਾਂ, ਤੁਸੀਂ ਵਧੀਆ ਕੀਤਾ ਮੇਰੇ ਪੁੱਤ ਨੇ ਮਿਲਾਉਣ ਲਿਆ ਆਈ। ਹੈ ਨਾਨੀ ਨੂੰ ਸਤਿ ਸ਼੍ਰੀ ਅਕਾਲ ਤਾਂ ਪਾ ਦਿਓ। ਸਤਿ ਸ਼੍ਰੀ ਅਕਾਲ ਬੁੱਤ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ। ਆ ਕੁਰਸੀ ਚੱਕ ਲਿਆ, ਇਹ ਨਾ ਰਾਤ ਪਾਣੀ ਦੀ ਵਾਰੀ ਸੀ। ਅੱਛਾ, ਹੁਣ ਫਿਰ ਰੋਟੀ ਜੀ ਖਾ ਕੇ ਪੈ ਗਿਆ। ਅੱਛਾ ਚੱਲ, ਮੈਂ ਕਿਹਾ 2 ਘੰਟੇ ਫਿਰ ਨੀਰਾ ਚਾਰਾ ਵੱਢਣ ਜਾਣਾ। ਹਾਂਜੀ ਚਾਚੀ, ਚੱਲ ਵਧੀਆ ਹੋਇਆ, ਹੁਣ ਤਾਂ ਆਪ ਖੇਤੀਬਾੜੀ ਕਰਨ ਲੱਗ ਗਿਆ ਨਾ। ਹੋਰ ਪੁੱਤ ਤੈਨੂੰ ਪਤਾ ਫਿਰ ਪੜ੍ਹਾਈਆਂ ਨੇ ਕੀ ਦੇਣਾ, ਨੌਕਰੀਆਂ ਤਾਂ ਮਿਲਦੀਆਂ ਨੀ, ਫਿਰ ਭਾਈ ਕੋਈ 5-7 ਹਜ਼ਾਰ ਨਾਲ ਟਾਈਮ ਪਾਸ ਨਹੀਂ ਹੁੰਦਾ। ਚੱਲ ਤੂੰ ਖੇਡ ਲੈ ਪੁੱਤ ਇੱਥੇ। ਹਾਂ, ਤਾਂ ਕਰਕੇ ਫਿਰ ਖੇਤੀ ਕਰਨ ਲੱਗ ਗਿਆ ਇਹ। ਖੇਤੀ ਬਣਾ ਬਣਦਾ ਵੀ ਨਹੀਂ। ਹਾਂ, ਨੌਕਰੀ ਦੇ ਕੋਈ ਦਰਵਾਜ਼ਾ ਨਹੀਂ। ਖੇਤੀ ਦਾ ਤਾਂ ਹੈ ਨਹੀਂ ਭਾਈ, ਜੇ ਸਹੀ ਚੱਲੀ ਜਾਵੇ ਹਨਾ। ਹਾਂ ਸਹੀ ਗੱਲ ਹੈ। ਕਿ ਚੱਲ ਵੀ ਦਾਰੂਆਂ ਪੀਣੀਆਂ ਭੁੱਖੀਆਂ ਖਾਣੀਆਂ ਨਾ, ਫਿਰ ਖੇਤੀ ਫੇਲ ਆ। ਹਾਂ ਇਹ ਤਾਂ ਹੈ, ਨਸ਼ਾ ਪੱਤੇ ਫੇਲ ਕਰਦਾ। ਹਾਂ ਸਹੀ ਗੱਲ ਹੈ। ਉਹ ਠੀਕ ਸੀ ਸਾਰੇ? ਵਧੀਆ ਵਧੀਆ ਵਧੀਆ, ਤੁਸੀਂ ਦੱਸੋ। ਵਧੀਆ। ਉਹ ਚਾਚੀ ਤੁਸੀਂ ਉਦੇ ਆਏ ਸੀ ਨਾ ਵੀ ਜ਼ਮੀਨ ਦੀ ਗੱਲ ਕਰਨ, ਵੀ ਠੇਕੇ ਬਾਰੇ, ਤੇ ਉਦੇ ਘਰੇ ਨਹੀਂ ਹੈਗੇ ਸੀ, ਫਿਰ ਇਹਨਾਂ ਨਾਲ ਮੈਂ ਗੱਲ ਕੀਤੀ ਹੈ, ਹੁਣ ਤੁਸੀਂ ਇਹਨਾਂ ਨਾਲ ਹੀ ਗੱਲ ਕਰ ਲਓ ਸਾਰੀ, ਹੈ ਨਾ। ਅੱਛਾ, ਹਾਂ ਚੱਲ ਕੋਈ ਨਹੀਂ, ਦੱਸ ਦਿਓ ਬਸ ਤੁਸੀਂ ਜਿਹੜਾ ਹੁਣ ਆਪਣਾ ਰੇਟ ਚੱਲਦਾ ਭਾਅ ਭਾਂ ਤਾਂ ਉਹਦੇ ਹਿਸਾਬ ਨਾਲ। ਨਾ ਨਾ ਕੋਈ ਨਹੀਂ ਭਾਈ, ਉਹਨਾਂ ਨਾਲ ਤੁਸੀਂ 5 ਹਜ਼ਾਰ ਘੱਟ ਦੇ ਦਿਓ ਯਾਰ ਤੁਸੀਂ। ਨਾ ਪੁੱਤ ਘੱਟ ਦੇਣ ਵਾਲੀ ਗੱਲ ਨਹੀਂ, ਜੇ ਅਸੀਂ 1000 ਵੱਧ ਦੇ ਦਾਂਗੇ ਤਾਂ ਸਾਡੀ ਧੀ ਧਿਆਣੀ ਆ, ਹੈ ਸਾਨੂੰ ਥੋੜ ਨਹੀਂ ਪੈਂਦੀ ਕਿਸੇ ਗੱਲ ਦੀ। ਨਹੀਂ ਨਹੀਂ ਵੱਧ ਨਹੀਂ ਲੈਣੇ ਅਸੀਂ। ਗੱਲ ਤਾਂ ਪੁੱਤ ਆਈ ਹੈ ਵੀ ਕਿੱਥੇ ਤਾਂ ਹੁਣ ਆਪਾਂ ਘਰ ਦਾ ਘਰ ਹੈ, ਹੈ ਸੁੱਖ ਨਾਲ ਫੇਰ ਵੀ ਚਾਚੇ ਤਾਏ ਆਪਦੇ ਹੀ ਹੁੰਦੇ ਆ, ਜੇ ਹੁਣ ਉਹ ਸਰੀਕ ਬਾਉਂਦੇ ਆ ਬੀਜਦੇ ਆ ਉੱਥੇ ਇਹਦੇ ਨਾਲ ਖੇਬੜਦੇ ਆ, ਜ਼ਮੀਨ ਆਪਣੀ ਹੈ, ਹੈ ਤੇ ਤੂੰ ਕਿਹੜਾ ਸਾਨੂੰ ਦੁਪਿਆਰੀ ਆ ਪੁੱਤ। ਨਾ ਨਾ ਚਾਚੀ, ਪਹਿਲ ਤਾਂ ਪਹਿਲਾਂ ਤੁਹਾਨੂੰ ਹੀ ਦਿੱਤੀ ਸੀਗੀ, ਉਦੋਂ ਚੱਲ ਇਹ ਪੜਦਾ ਪੁੜਦਾ ਸੀ, ਤੁਸੀਂ ਜਵਾਬ ਦੇਤਾ। ਉਹ ਤਾਂ ਫਿਰ ਤੈਨੂੰ ਪਤਾ ਮਨਿੰਦਰ, ਮੈਨੂੰ ਆਏ ਸੀ ਵੀ ਜੇ ਪੜ ਕੇ ਕਿਸੇ ਕਿਤੇ ਤੇ ਲੱਗ ਜੂ ਤਾਂ ਵਧੀਆ ਗੱਲ ਹੈ, ਹੈ ਇਹ ਤਾਂ ਹੁਣ ਮੈਂ ਵੀ ਬੇਵਾਹ ਵਾਲਾ ਕੰਮ ਆ, ਜਦੋਂ ਕੋਈ ਕੰਮ ਨਾ ਮਿਲਿਆ ਭਾਈ ਖੇਤ ਤੇ ਫਿਰ ਕਰਨੀ ਪਊਗੀ। ਹਾਂ ਤੇ ਤਾਂ ਕਰਕੇ ਫਿਰ ਉਦੋਂ ਸੀਗਾ ਡਿੱਕਾ ਜਾ, ਤੇ ਨਾਲੇ ਹੁਣ ਆਏ ਆ ਭਾਈ ਸੁੱਖ ਨਾਲ, ਤੁਸੀਂ ਵੀ ਗੱਲ ਸੁਣ ਕੁਲਦੀਪ, ਬਗਾਨੇ ਨੀ ਹੈਗੇ ਅਸੀਂ, ਆਪਦਾ ਦਿਨ ਆਓ ਰਾਤ ਆਓ, ਠੀਕ ਹੈ ਨਾ, ਸੋਡਾ ਘਰ ਹੈ। ਮੈਂ ਤਾਂ ਇਹਨੂੰ ਮਨਿੰਦਰ ਨੂੰ ਵੀ ਆਖਿਆ ਸੀ ਵੀ ਚੱਲ ਸਾਡੇ ਨਾਲ ਭਾਈ 4 ਦਿਨ ਲਾਇਆ, ਧੀ ਪੁੱਤ ਦਾ ਪਾਸਾ ਥੱਲੇ ਜਾਂਦਾ ਹੁੰਦਾ ਗਾ। ਫਿਰ ਚਾਚੀ ਐਂ ਸੀ ਨਾ, ਘਰੇ ਨੀ ਹੈਗਾ ਸੀ ਕੋਈ, ਹਰਪ੍ਰੀਤ ਵੀ ਅਜੇ ਪੇਕੇ ਗਈ ਹੋਈ ਸੀ ਤੇ ਮੰਮੀ ਵੀ ਗਈ ਹੋਈ ਸੀ, ਘਰ ਨਵਾਂ ਲਿਆ ਸੀਗਾ ਤਾਂ ਕਰਕੇ ਫਿਰ ਔਖਾ ਸੀਗਾ ਕੰਮ ਦਾ। ਹੋਰ ਭੈਣੇ ਤੁਹਾਡਾ ਆਪਦਾ ਘਰ ਆ ਹਨਾ, ਜਦੋਂ ਮਰਜ਼ੀ ਆਓ ਜਾਓ ਜੀ ਆਇਆਂ ਨੂੰ, ਕੋਈ ਗੱਲ ਨੀ, ਤੇਰੇ ਸਕੇ ਭਾਂਗਾ ਨੂੰ ਵੱਧ ਕਰੂੰਗਾ ਤੇਰਾ।
ਵਿਰਸਤਕ ਦੇ ਬਗਾਨੇ ਸਮਝੇ ਹੀ ਨਹੀਂ, ਤੁਸੀਂ ਨਹੀਂ ਵਰਤਦੇ ਸੀ ਮੇਰੇ ਨਾਲ। ਉਹ ਨਹੀਂ ਮਨਿੰਦਰ, ਉਹ ਤਾਂ ਸੱਟ ਹੀ ਇਹੋ ਜਿਹੀ ਵੱਜ ਗਈ, ਤੈਨੂੰ ਪਤਾ ਹੈ ਨਾ, ਤਾਇਆ ਤਾਈ ਦਾ ਕਰਕੇ ਉਹਨੂੰ ਦਿਮਾਗ ਆਪਦਾ ਵੀ ਖਰਾਬ ਹੋ ਗਿਆ ਸੀਗਾ। ਤੇ ਚੱਲ ਕੋਈ ਗੱਲ ਨਹੀਂ, ਹੁਣ ਆਪਦਾ ਹੀ ਆ ਸਾਰਾ ਕੁਛ, ਕੋਈ ਗੱਲ ਨਹੀਂ। ਚੱਲ ਕੋਈ ਨਹੀਂ ਬਾਈ, ਤੁਸੀਂ ਪੁਰਾਣੀਆਂ ਗੱਲਾਂ ਛੱਡੋ ਯਾਰ। ਮੈਂ ਉਹਨਾਂ ਨੂੰ ਇੱਕ ਵਾਰੀ ਤਾਂ ਫੋਨ ਕਰਤਾ ਸੀ, ਉਹਨਾਂ ਤੋਂ ਮੈਂ ਵੀ ਅੱਕਿਆ ਪਿਆ ਸੀ। ਆਸੇ ਪਾਸੇ ਦੇ ਹੋਰ ਵੀ ਦੋ ਘਰਾਂ ਦੇ ਮੈਨੂੰ ਫੋਨ ਆਇਆ, ਕਹਿੰਦੇ ਬੰਦੇ ਯਾਰ ਸਾਡੀਆਂ ਵੱਟਾਂ ਵੱਢਦੇ ਆ, ਹੈ ਚੰਦਰੇ ਬੰਦੇ ਆ ਉਹ, ਨਾ ਕੋਈ ਚੀਜ਼ ਖਰਾਬ ਹੋ ਜਾਂਦੀ ਆ, ਲੋਟ ਨਹੀਂ ਕਰਾਉਂਦੇ, ਮੈਨੂੰ ਫੋਨ ਕਰ ਦਿੰਦੇ ਆ। ਚੱਲ ਆਪਾਂ ਘਰ ਦੇ ਬੰਦੇ ਬੈਠਾ, ਤਿੰਨ ਚਾਰ ਵਜੇ ਤਾਂ ਪਾਣੀ 'ਤੇ ਲੜ ਪਏ ਮੇਰੇ ਨਾਲ ਯਾਰ। ਉਹ ਮੈਨੂੰ ਪਤਾ, ਬਾਕੀ ਐਵੇਂ ਫਾਇਦਾ ਨਹੀਂ ਯਾਰ, ਵੱਢ ਕੇ ਮਰ ਜਾਂਗੇ ਨਾ, ਇਹ ਗੱਲਾਂ ਪਿੱਛੇ ਮੁੜ ਕੇ ਦਾਵੋ ਦਾ ਵੀ ਹੁੰਦੇ ਫਿਰਾਂਗੇ। ਦਾ ਵੀ ਨਹੀਂ ਕੋਈ, ਬਾਕੀ ਆਪ ਖੇਤੀ ਕਰਦੇ ਆ, ਚਾਰ ਨਾਲ ਹੋਰ ਕਰ ਲਾਂਗੇ ਯਾਰ। ਜਾਂ ਤੁਹਾਡੇ ਕੋਲ 60,000 ਨੂੰ ਸੀ, ਤੁਸੀਂ 65 ਦੇ ਦਿਓ, 64 ਦੇ ਦਿਓ, ਭਾਵੇਂ 60 ਦੇ ਦਿਓ, ਆਪਾਂ ਨੂੰ ਤਾਂ ਕੋਈ ਐਡਾ ਲਾਲਚ ਨਹੀਂ ਹੈਗਾ ਪੈਸੇ ਦਾ, ਹੈ ਇੱਕ ਦੂਜੇ ਕੋਲ ਆਉਂਦੇ ਵਰਤਦੇ, ਮਿਲਦੇ ਵਰਤਦੇ ਰਹਿ ਜਾਈਏ ਆਪਾਂ। ਉਹ ਨਹੀਂ ਨਹੀਂ, ਐਂ ਨਹੀਂ ਬਾਈ, ਕੋਈ ਗੱਲ 2,000 ਵੱਧ ਦੇ ਦਿਆਂਗੇ ਯਾਰ, ਘੱਟ ਕਹਿਣੂ ਨਾ, 30 ਧਿਆਣੀ ਹੈ ਵੀ ਯਾਰ। ਨਾ ਨਾ ਵੀਰੇ, ਅੱਕ ਤਾਂ ਨਹੀਂ ਖਾਣਾ। ਨਾ ਨਾ, ਜਿਵੇਂ ਆਪਾਂ ਚੱਲੂਗਾ ਘੱਟ ਹੀ ਠੀਕ ਹੈ, ਕਿਉਂਕਿ ਐਂ ਫਿਰ ਮੈਂ ਵੀ ਵਰਤਣਾ ਹੀ ਵੀਰੇ ਤੁਹਾਡੇ ਨਾਲ। ਪੈਸਿਆਂ ਨਾਲ ਨਹੀਂ ਵਰਤਣਾ ਪੁੱਤ, ਜੇ ਤੇਰੇ ਕੋਲ ਜ਼ਮੀਨ ਨਾ ਹੁੰਦੀ ਤਾਂ ਵੀ ਤੇਰਾ ਭਰਾ ਤੇਰੇ ਨਾਲ ਵਰਤਦਾ। ਤੇ ਹੋਰ, ਮੇਰੇ ਵੀ ਯਾਰ ਕੋਈ ਹੈ ਨਹੀਂ ਮਿਲਣ ਵਰਤਣ ਵਾਲਾ, ਆਉਣ ਵਾਲਾ, ਹਨਾ, ਇਹ ਵੀ ਕਦੇ ਕਦੇ ਰੋਣ ਲੱਗ ਜਾਂਦੀ ਆ। ਤੂੰ ਆਵੇਂ ਜਾਵੇਂ, ਸਾਨੂੰ ਤਾਂ ਇਹ ਚੀਜ਼ ਦਾ ਹੀ ਸਾਰਾ, ਸਾਨੂੰ ਤਾਂ ਪੈਸੇ ਦੀ ਵੀ ਊਂ ਰੱਖਣਾ, ਊਂ ਰੱਖ ਲਓ ਭਾਵੇਂ ਸਾਡੇ ਬੰਦੇ ਨਹੀਂ ਆਏ, ਤਾਂ ਊਂ ਤਾਂ ਕਹਿਣ ਬਈ ਆਪਦਾ ਹੱਕੀ ਖੜ ਕੇ ਮਰ ਜਾਈਏ, ਬਹੁਤ ਰੱਬ ਦਾ ਦਿੱਤਾ ਬਥੇਰਾ ਕੁਛ ਆ। ਓਏ ਗੁੰਨੇ ਓਏ, ਆ ਜਾ ਨਾ, ਲੈ ਕੇ ਆ ਜਾ ਬੱਟਾ, ਜਵਾਕ ਉਹ ਦੂਜੀ ਲਵਾਉਂਦਾ। ਤੇ ਹੋਰ, ਆ ਜਾ ਕਰ ਪੁੱਤ ਨਾਨਕੇ ਹੁਣ, ਚੰਗਾ। ਜਦੋਂ ਤਾਂ ਜੀ ਮੈਨੂੰ ਇਹਨੇ ਦੱਸਿਆ ਵੀ ਐਂ ਕਰਕੇ ਉਹ ਰੱਖਣ ਨੂੰ ਕਹਿੰਦੇ ਆ ਬਾਹਣ, ਮੈਨੂੰ ਤਾਂ ਖੁਸ਼ੀ ਹੋ ਗਈ। ਮੈਂ ਕਿਹਾ ਚਲੋ ਘਰ ਦੀ ਗੱਲ ਆ, ਵਧੀਆ ਸੋਹਣੇ ਲੱਗਦੇ ਆ, ਚਾਰ ਪੰਜ ਵਧੀਆ ਗੱਲ ਆ ਭਾਈ। ਹਾਂ ਤਾਂ ਹੀ ਗਏ ਸੀ ਅਸੀਂ ਜਰ ਬਗਾਨੇ, ਚਲ ਗੱਲ ਕਰਦੇ ਆ ਜਰ। ਬਾਕੀ ਬਗਾਨੇ ਬੰਦੇ ਤੈਨੂੰ ਪਤਾ, ਪਾਣੀ ਤਾਂ ਨਹੀਂ ਪਿੱਛੇ 1-2 ਮਿੰਟਾਂ ਪਿੱਛੇ ਐਵੇਂ ਜੁਦਾਈ ਕਰੀ ਜਾਂਦੇ ਆ ਯਾਰ, ਇਹ ਨਹੀਂ ਚੰਗਾ ਲੱਗਦਾ ਹੁੰਦਾ ਹਨਾ ਆਪਦਾ ਬਾਹਣਾ ਯਾਰ। ਬਾਕੀ ਤਵਾਰੀ ਹੈ ਹੀ ਨਾ, 7-8 ਸਾਲ ਹੋ ਗਏ ਹੁਣ ਉਹਨਾਂ ਕੋਲ। ਹਾਂ ਇਹ ਤਾਂ ਹੈ ਭਾਈ, ਚਲ ਕੋਈ ਨਹੀਂ, ਜਿਵੇਂ ਤੁਸੀਂ ਕਹੋਗੇ ਇੱਕ ਕਿਸ਼ਤ ਲੈਣੀ ਹੋਵੇ, ਇੱਕ ਦੇ ਦਿਆਂਗੇ ਇਕੱਠੇ। ਨਾ ਨਾ ਨਾ, ਕਿਸ਼ਤਾਂ ਦੇ ਦਿਓ ਜਦੋਂ ਤੁਹਾਡੇ ਕੋਲ, ਉਦੋਂ ਦੇ ਦਿਓ, ਕੋਈ ਤੁਹਾਡੇ 'ਤੇ ਤਲਵਾਰ ਨਹੀਂ ਧਰੀ ਹੈਗੀ। ਠੀਕ ਆ ਬਸ, ਤੁਸੀਂ ਸੌਖੇ ਚਾਹੀਦੇ, ਐਂ ਨਹੀਂ ਵੀ ਹੁਣ ਤੁਸੀਂ ਦੂਜਿਆਂ ਵਾਂਗੂ ਵੀ ਪੈਸੇ ਵਿਆਜ 'ਤੇ ਚੱਕ ਕੇ ਸਾਨੂੰ ਦੇ ਦਿਓ, ਮੁੜ ਥੋੜਾ ਵਿਆਜ ਭਰੀ ਜਾਊਗਾ। ਉਹ ਚੀਜ਼ ਤਾਂ ਆਪਾਂ ਸੌਖੀ ਕਰਨੀ ਆ ਨਾ, ਉਹ ਤਾਂ ਤਸੱਲੀ ਹੋਈ। ਇਹੀ ਤਾਂ ਆਪਦੇ ਦਾ ਫਰਕ ਹੁੰਦਾ ਭਾਈ, ਅਗਲਾ ਤਾਂ ਡਾਂਗ ਦੇ ਦਿੰਦਾ ਵੀ ਦਵਾ ਦਾ ਮਿੰਟ ਤਾਂ ਦਿਓ ਪੈਸੇ, ਅਗਲੇ ਨੂੰ ਤਾਂ ਆਪਦੇ ਠੇਕੇ ਤੱਕ ਮਤਲਬ ਹੁੰਦਾ, ਵਿਆਜ ਮਗਰ ਆਪਾਂ ਨੂੰ ਪਈ ਜਾਂਦਾ ਨਾ ਲੈਣ ਵਾਲੇ ਨੂੰ। ਹਾਂ ਇਹ ਤਾਂ ਹੈ, ਸਹੀ ਗੱਲ ਹੈ। ਚਲ ਵਧੀਆ ਵੀਰੇ, ਸਮਝਣ ਦਾ ਫਰਕ ਹੁੰਦਾ ਨਾ, ਆਪਦਾ ਤਾਂ ਸਮਝਦਾ ਇਹ ਗੱਲਾਂ ਨੂੰ, ਮਗਾਨਾ ਨਹੀਂ ਨਾ ਸਮਝਦਾ ਭਾਈ। ਦੇਵੇ ਚਾਹ ਪਾਣੀ ਪੀ। ਹਾਂ ਚਾਹ ਬਣਾਉਣੀ ਆ ਪੁੱਤ ਮੈਂ। ਹੋਰ ਵੈਸੇ ਮਾਸੀ, ਚਾਹ ਪਾਣੀ ਤਾਂ ਕੀ ਸੀਗਾ, ਅਸੀਂ ਪੀ ਕੇ ਆਏ ਸੀ ਬਸ, ਜਾਣਦੇ ਸੀ। ਦਵਾਈ ਲੈਣ ਜਾਣਾ ਸੀਗਾ। ਹਾਂ ਜੀ, ਕੋਈ ਨਹੀਂ, ਘੁੱਟਕ ਬਣਾਉਣੀ ਚਾਹ, ਪੀ ਕੇ ਬਗ ਜੀ। ਚਾਹ ਕੋਈ ਨਹੀਂ, ਬਸ ਚਾਹ ਪਾਣੀ ਪੀਤੀ ਪਈ ਆ। ਆਪਦਾ ਘਰ ਆ ਤੁਹਾਡਾ, ਕੋਈ ਨਹੀਂ। ਹੋਰ ਦੱਸ ਬਾਈ, ਗੱਲਬਾਤ ਕੋਈ ਨਵੀਂ ਤਾਜੀ? ਵਧੀਆ, ਬਸ ਕੰਮਕਾਰ ਕਰੂ ਆਪਦਾ। ਮੈਂ ਤਾਂ ਕਹਿੰਦਾ ਲੈ ਪੁੱਤ, ਤੇਰੇ ਨਾਨਕੇ ਆ ਖੇਡ ਲੈ ਇੱਥੇ। ਹੈ ਕੀ ਬੰਦਾ ਕੋਈ ਬਣਾਉਂਦਾ ਯਾਰ, ਨਹੀਂ ਤਾਂ ਅਗਲਾ ਅੱਖਾਂ ਹੀ ਗੱਡੀਆਂ ਦਾ ਹੀ ਮੰਗੂਗਾ ਮੈਥੋਂ ਕੁਝ ਨਾ ਕੁਝ। ਆ ਬਿਨਾ ਪੈਸੇ ਤਾਂ ਬਈ ਮੁਰਦਾ ਇਲਾਜ ਬਣ ਜਾਂਦਾ ਇਨਸਾਨ, ਤੈਨੂੰ ਪਤਾ ਤਾਂ ਹੈਗਾ। ਚੱਲ ਕੋਈ ਨਹੀਂ, ਤੂੰ ਮਾਸੀ ਨੂੰ ਕਹਿੰਦੇ ਚਾਹ ਨੂੰ ਕੀ ਆ, ਤੇ ਅਸੀਂ ਜਾਂਦੇ ਆ, ਸਾਡੀ ਦਵਾਈ ਦੀ ਪਰਚੀ ਦਾ ਨੰਬਰ ਆਉਣ ਵਾਲਾ। ਉਹ ਘੁੱਟ ਚਾਹ ਤਾਂ ਪੀਜੋ, ਕੋਈ ਨਹੀਂ ਜਾ ਵੜਿਓ। ਉਹ ਕੋਈ ਨਾ, ਚਾਹ ਫੇਰ ਕਦੇ ਸਹੀ, ਕਦੇ ਬੈਠਾਂਗੇ ਆਪਾਂ ਚਾਹ ਪਾਣੀ ਨਾਲ ਮਿਲ ਕੇ ਪੀਵਾਂਗੇ, ਕੋਈ ਨਹੀਂ ਆਵਾਂਗੇ ਫਿਰ ਮਾਰਾਂਗੇ ਜਿਹੜਾ। ਚੰਗਾ, ਆ ਜਾ ਮਨਿੰਦਰ। ਚਲੋ ਫਿਰ ਕਹਿੰਦੇ ਚਾਚੀ, ਚਾਚੀ ਉਹਨਾਂ ਨਾਲ ਬੋਲਣਾ ਝਗੜਨਾ ਨਹੀਂ ਯਾਰ, ਤੂੰ ਮੈਨੂੰ ਫੋਨ ਕਰਨਾ ਆਪੇ ਖਲਾਰ ਦੂ ਉਹਨਾਂ ਨੂੰ। ਮੈਂ ਤਾਂ ਕੀ ਬੋਲਣਾ ਨਾ, ਉਹਦੇ ਮੈਂ ਪਾਣੀ ਵਿੱਚ ਸੀ ਨਹੀਂ ਜਾਂਦਾ। ਚਾਚੀ ਚੱਲ ਜਾਂਦੇ ਸੀ ਅਸੀਂ, ਤੇ ਫਿਰ ਮੁੜ ਕੇ ਦਵਾਈ ਲੈ ਕੇ ਆਉਣੀ ਆ, ਫਿਰ ਲੇਟ ਵਾਲੇ ਹੋ ਜਾਣਗੇ। ਚੰਗਾ ਪੁੱਤ, ਨਾ ਲੱਗਦੇ ਟੱਪ ਤੇ ਜ਼ਰੂਰ ਗੇੜਾ ਮਾਰਿਆ ਕਰੋ। ਠੀਕ ਹੈ ਚਾਚੀ, ਚੰਗਾ ਚੰਗਾ ਪੁੱਤ, ਠੀਕ ਹੈ, ਚੰਗਾ ਗੁੱਗੂ, ਚੰਗਾ ਵੀਰੇ, ਚੰਗਾ। ਬਸ ਤੂੰ ਨਾ ਬੋਲੀ ਬਾਈ, ਉਹਨਾਂ ਨਾਲ ਮੈਂ ਆਪੇ ਕਰ ਦੂੰ ਹੱਲ ਸਾਰਾ। ਨਾ ਨਾ ਕੋਈ ਗੱਲ, ਬਸ ਜੇ ਆਪਾਂ ਬਾਣੀ ਗਾਣ ਨੂੰ ਆਪਾਂ ਰੱਖ ਰਹੇ, ਤੂੰ ਤਾਂ ਕੀ ਕਰਦਾ। ਠੀਕ ਹੈ, ਠੀਕ ਹੈ, ਬਸ ਕੋਈ ਨਹੀਂ, ਆਏ ਸਮਝਣਾ ਵੀ ਬਗਾਨਾ ਘਰ ਹੈ। ਹਾਂਜੀ ਹਾਂਜੀ, ਠੀਕ ਹੈ ਨਾ, ਜੋ ਮਰਜ਼ੀ ਆਓ ਜਾਓ ਬਾਈ। ਠੀਕ ਠੀਕ ਹੈ ਵੀਰੇ, ਠੀਕ ਹੈ ਚਾਚਾ, ਠੀਕ ਹੈ, ਚਲੋ ਆ ਜੀ। ਗੱਡੀ ਦੀ ਚਾਬੀ ਚੱਕ ਲਈ? ਹਾਂਜੀ, ਉਹ ਕੋਲ ਹੀ ਮੇਰੇ। ਮੈਂ ਤੈਨੂੰ ਆਖਿਆ ਸੀ ਨਾ ਵੀ ਹੌਲੀ ਹੌਲੀ ਕੰਮ ਲੋਟ ਆਉਂਦਾ ਹੁੰਦਾ, ਆ ਗਏ ਨਾ ਅੱਜ ਆਪ ਦੇ ਆਪ ਤੈਨੂੰ ਵਿਹਲੇ ਆ ਵੀ ਰੱਖ ਲਾ ਵਾਹਨ ਠੇਕੇ ਤੇ। ਮੁੜਕੁੜ ਬੋਰ ਫਲੇ ਤੇ ਨੇ ਇਹ ਮੰਜੇ ਤੇ ਬਾਈ ਕਈ ਤੈਨੂੰ ਕਹਿਣਗੇ ਵੀ ਰਾਜਪਾਲ ਤੇਰੇ ਨਾਲ ਅਸੀਂ ਜ਼ਮੀਨ ਕਰਾਉਣੇ ਆ ਤੇ ਚੱਲ ਤੁਰ ਬਸ। ਪਰ ਗੱਲਾਂ ਟਕਾਣਾ ਹੁੰਦੀਆਂ ਪੁੱਤ, ਮੈਂ ਤੈਨੂੰ ਇਹੀ ਸ਼ੁਰੂ ਤੋਂ ਸਮਝਾਉਂਦੀ ਆਈ। ਬਸ ਠੀਕ ਹੈ ਸਾਰੇ ਮੁੱਦੇ ਨਾਲ ਹੁਣ ਬਸ ਹੁਣ ਖੁਸ਼ ਆ, ਬਾਗਲ ਮਾਰ ਦਾਂਗੇ ਵਿਚਾਰੋਂ ਬੱਟ ਚੱਕ ਦਾਂਗੇ। ਬਸ ਠੀਕ ਹੈ, ਚੱਲ ਹੁਣ ਮੈਂ ਚਾਹ ਪਾਣੀ ਬਣਾਉਣੀ ਆ ਤੇ ਹੁਣ ਮਾਰ ਛਾਣਾ। ਠੀਕ ਆ।
ਆ ਗਿਆ ਲੋਟਕਣਾ ਕਿੱਥੇ ਛੱਡਦੇ ਆ ਮੈਂ ਵੱਡੇ ਵੱਡੇ ਕੀਰਤੇ ਕਿਹੜੇ ਮਾਗਦੀ ਮੁੜੀ ਆ ਕੀ ਕਰੀ ਨੀ ਹਰਪ੍ਰੀਤ ਕੁਛ ਨੀ ਮੰਮੀ ਉਹ ਕਰਕੇ ਹਟੇ ਸੀ ਕੂੜਾ ਚੱਕ ਕੇ ਆਈ ਸੀ ਹੱਥ ਹੋ ਜਾਂਦੀ ਸੀ ਅੱਛਾ ਮੈਂ ਤੈਨੂੰ ਐਂ ਕਹਿੰਦੀ ਸੀ ਕਿ ਮੇਰੇ ਹੱਥ ਤੇਰੇ ਪੇਕੇ ਫਿਰ ਪੇਕੇ ਤਾਂ ਮੰਮੀ ਵਧੀਆ ਸੀ ਪਰ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਸੀ ਨਾ ਉਹ ਗੱਲਾਂ ਸਾਰੀਆਂ ਸੱਚ ਹੁੰਦੀਆਂ ਦਿਖਦੀਆਂ ਨੇ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਭਾਈ ਜਾ ਕੇ ਤੇਰੇ ਮਾਂ ਤੇ ਤੇਰੇ ਭਰਾ ਤੇ ਵੀ ਕਬਜ਼ਾ ਕਰੂਗੀ ਤੂੰ ਉਦੋਂ ਮੇਰੀ ਗੱਲ ਨਹੀਂ ਸੁਣੀ ਤਾਂ ਤੂੰ ਤਾਂ ਸਾਰਾ ਦਿਨ ਦੀਦੀ ਦੀਦੀ ਕਰਦੀ ਰਹਿੰਦੀ ਸੀ ਆਹ ਵੇਖ ਲਾ ਦੀਦੀ ਦੇ ਕਾਰੇ ਮੰਮੀ ਮੈਨੂੰ ਕੀ ਪਤਾ ਸੀ ਮੈਂ ਤਾਂ ਐਂ ਕਹਿੰਦੀ ਸੀ ਚੱਲ ਵਿਚਾਰੀ ਦੇ ਮੰਮੀ ਹੈ ਨੀਗੀ ਹਨਾ ਮਾਂ ਪਿਓ ਹਨ ਇਕੱਲੀ ਆ ਮੈਂ ਵੀ ਤਾਂ ਤੈਨੂੰ ਇਹੀ ਗੱਲਾਂ ਸਮਝਾਉਂਦੀ ਸੀ ਉਹ ਤਾਂ ਤੂੰ ਵੀ ਲੈਕਚਰ ਦੇਣ ਲੱਗ ਗਈ ਸੀ ਨਾ ਨਾ ਦੀਦੀ ਆ ਵਿਚਾਰੀ ਇਹਦੀ ਮਾਂ ਹੈ ਨੀਗੀ ਕੋਈ ਗੱਲ ਨਹੀਂ ਆ ਹੁਣ ਵੇਖ ਲਾ ਨਾ ਮੰਮੀ ਉੱਥੇ ਜਾ ਕੇ ਮੈਂ ਇੱਕ ਮਿੰਟ ਨਹੀਂ ਹੋਇਆ ਮਨਿੰਦਰ ਮਨਿੰਦਰ ਕਰਨ ਲੱਗ ਗਏ ਮੰਮੀ ਤੇ ਵੀਰਾ ਮੇਰੇ ਤਾਂ ਪੁੱਛਿਆ ਵੀ ਨਹੀਂ ਉਹਨਾਂ ਨੇ ਮੈਂ ਤੈਨੂੰ ਤਾਂ ਹੀ ਕਹਿੰਦੀ ਆ ਜੇ ਮੇਰੇ ਮਗਰ ਲੱਗੀ ਰਹੇਗੀ ਨਾ ਸੌਖੀ ਰਹੇਗੀ ਨਹੀਂ ਵੇਖ ਲਾ ਇੱਥੇ ਤਾਂ ਨੇ ਕਬਜ਼ਾ ਕੀਤਾ ਗਾਂ ਤੇਰੇ ਪੇਕੇ ਵੀ ਜਾ ਕੇ ਕਰ ਲੈਣਾ ਕਰ ਹੀ ਲਿਆ ਪੁੱਛਿਆ ਦੱਸੀ ਤੇ ਐਨੀ ਆ ਜਾ ਕੇ ਬੈਠੀ ਨੂੰ 5 ਮਿੰਟ ਵੀ ਨਹੀਂ ਹੋਇਆ ਸੀ ਮਨਿੰਦਰ ਆਏ ਆ ਮਨਿੰਦਰ ਓਵੇਂ ਆ ਮਨਿੰਦਰ ਨੂੰ ਇੱਥੇ ਲੈ ਆਵਾਂਗੇ ਧੱਕੇ ਨਾਲ ਕਹੀ ਜਾਣ ਹਰਪ੍ਰੀਤ ਨੂੰ ਛੱਡ ਆਨੇ ਆ ਮਨਿੰਦਰ ਨੂੰ ਲੈ ਆਉਂਦੇ ਆ ਅੱਛਾ ਚੱਲ ਤੂੰ ਮੇਰੀ ਗੱਲ ਸੁਣ ਜਿਵੇਂ ਮੈਂ ਤੈਨੂੰ ਕਹੀ ਜਾਂਦੀ ਆ ਨਾ ਤੂੰ ਓਵੇਂ ਚੱਲੀ ਹੁਣ ਤੂੰ ਇਹਦੇ ਮਗਰ ਨਾ ਲੱਗੀ ਹੁਣ ਨਾ ਤੂੰ ਕਿਹੋ ਕਰੀ ਚੱਲੀ ਦੀਦੀ ਦੀਦੀ ਤਰਸ ਕਰਨ ਦਾ ਕੋਈ ਫਾਇਦਾ ਨਹੀਂ ਇਹ ਤੇ ਸਹੀ ਗੱਲ ਹੈ ਤੁਸੀਂ ਸਹੀ ਕਹਿੰਦੇ ਤਰਸ ਵਾਲੀ ਹੈ ਨੀ ਇਹ ਜਿਵੇਂ ਤੁਸੀਂ ਕਹੋਗੇ ਓਵੇਂ ਹੀ ਕਰੂੰਗੀ ਮੈਂ ਤਾਂ ਜਿੰਨਾ ਇਹਨੂੰ ਖਿੱਚ ਕੇ ਰੱਖਾਂਗੇ ਨਾ ਓਨਾ ਹੀ ਵਧੀਆ ਹੈਗਾ ਕਿਤੇ ਆਪਾਂ ਤੂੰ ਕਹਿ ਦੇ ਵੀ ਇਹਦੇ ਮਾਂ ਹੈ ਨੀ ਪਿਓ ਹੈ ਨੀ ਇਹ ਐਵੇਂ ਕਰਦੀ ਹੈ ਬੈਬ ਤਾਂ ਮੰਮੀ ਮੈਂ ਤੁਹਾਡੇ ਨਾਲ ਹਾਂ ਜਿਵੇਂ ਕਹੋਗੇ ਨਾ ਬਸ ਕਰ ਲੂੰਗੀ ਮੈਂ ਓਵੇਂ ਬਸ ਕੋਈ ਸਕੀਮ ਤੈਨੂੰ ਮੈਂ ਆਪੇ ਦੇ ਜਾਊਂਗੀ ਮੈਨੂੰ ਤਾਂ ਹੁਣ ਟੈਨਸ਼ਨ ਜੀ ਹੋਈ ਪਈ ਆ ਨਾਲੇ ਗਈ ਹੋਈ ਸੀ ਨਾ ਉੱਥੇ ਵੀ ਪਤਾ ਨਹੀਂ ਕੀ ਕੁਛ ਕੀਤਾ ਹੋਊਗਾ ਇਹਨੇ ਮੈਨੂੰ ਤਾਂ ਮੰਮੀ ਟੈਨਸ਼ਨ ਹੋਈ ਪਈ ਆ ਵੀਰਾ ਕਹਿੰਦਾ ਸੀ ਮਨਿੰਦਰ ਨੂੰ ਲੈ ਆਵਾਂਗੇ ਜੇ ਬਾਗੀ ਨਾ ਉੱਥੇ ਪਤਾ ਨਹੀਂ ਕੀ ਕਰੂਗੀ ਤੁਸੀਂ ਮੇਰਾ ਸਾਥ ਦਿਓ ਇਹਨੂੰ ਨਹੀਂ ਜਾਣ ਦੇਣਾ ਆਪਾਂ ਮੈਂ ਤੇਰੇ ਨਾਲ ਆ ਮੈਂ ਤਾਂ ਜਮਾਂ ਨਹੀਂ ਜਾਣ ਦਿੰਦੀ ਪੈਰ ਨਹੀਂ ਪੱਟਣ ਦਿੰਦੀ ਇਹਨੂੰ ਮੈਂ ਪਹਿਲੇ ਤੁਹਾਡੀ ਗੱਲ ਮੰਨ ਲੈਂਦੀ ਐਵੇਂ ਇਹਦੀ ਗੱਲਾਂ 'ਚ ਆਈ ਰਹੀ ਮੈਂ ਉਹ ਤਾਂ ਤੈਨੂੰ ਐਂ ਸੀ ਵੀ ਮਾਂ ਝੂਠ ਬੋਲਦੀ ਹੈਗੀ ਐਵੇਂ ਕਰੀ ਜਾਂਦੀ ਹੈਗੀ ਇਹ ਗੱਲਾਂ ਮੈਨੂੰ ਪਤਾ ਸੀ ਵੀ ਇਹ ਕਿਹੋ ਜਿਹੀ ਹੈਗੀ ਤਾਂ ਕਰਕੇ ਮੈਂ ਤੈਨੂੰ ਕਹਿੰਦੀ ਸੀਗੀ ਉਹੀ ਤਾਂ ਗੱਲ ਹੈ ਮੰਮੀ ਨਾਲ ਰਹਿ ਕੇ ਪਤਾ ਲੱਗਦਾ ਵੀ ਬੰਦਾ ਕਿਹੋ ਜਿਹਾ ਕਿਹੋ ਜਿਹਾ ਨਹੀਂ ਚੱਲ ਠੀਕ ਹੈ ਹੁਣ ਤੈਨੂੰ ਮੈਂ ਜਿਵੇਂ ਕਹੀਗੀ ਉਵੇਂ ਕਰੀ ਚੱਲੀ ਕਰ ਲੈ ਕੰਮ ਆਪਦਾ ਹੁਣ ਨਾ ਉਹਦੇ ਮਗਰ ਲੱਗੀ ਚੰਗਾ ਕਿਉਂ ਪਾਤੀ ਨਾ ਅੱਗ ਹੁਣ ਪਤਾ ਲੱਗੂਗਾ ਇਹਨੂੰ ਵੀ ਲੱਗ ਜੀ ਮਚਾਵਾਂ ਕਰਾਂ ਲਿਆਵਾਂ ਚੱਕ ਕੇ ਦੇਖ ਚੱਲ ਇਹਦਾ ਮੈਂ ਤਾਂ ਖੇਡ ਕੇ ਤਾਂ ਓ ਮਾਂ ਕੋਈ ਕੰਮ ਤਾਂ ਨਹੀਂਗਾ ਕੀ ਗੱਲ ਕਿੱਥੇ ਜਾਂਦਾ ਤੂੰ ਉਹ ਮਾਂ ਦਾ ਤਾਂ ਸਾਲਿਆਂ ਕੋਲੇ ਬੈਂਦਾ ਹੀ ਘੰਟਾ ਫੋਨ ਕਰੀ ਜਾਂਦੇ ਆ ਤੂੰ ਤਾਂ ਸਾਲਿਆਂ ਕੋਲ ਤਾਂ ਬੈਂਦਾ ਸੀ ਮੈਂ ਤੈਨੂੰ ਐਂ ਕਹਿੰਦੀ ਸੀ ਮੈਨੂੰ ਹਰਪ੍ਰੀਤ ਗਈ ਨੂੰ ਵੀ 4-5 ਦਿਨ ਹੋ ਗਏ ਤੇ ਆਪਾਂ ਮਨਿੰਦਰ ਨੂੰ ਨਾ ਲੈ ਆਈਏ ਉਹ ਮੈਂ ਐਂ ਕਹਿੰਦਾ ਸੀ ਮੈਂ ਕਿਹਾ ਚੱਲ ਆਪ ਹੀ ਕਰ ਦਿੰਦੇ ਫੋਨ ਉਹ ਜੇ ਆਉਣਾ ਹੁੰਦਾ ਉਹਨੇ ਵੀ ਆਪ ਉਹ ਵਿਚਾਰੀ ਕੀ ਕਰੂਗੀ ਕਹਿਣਗੇ ਉਦੋਂ ਤਾਂ ਕਹਿੰਦੇ ਸੀ ਅਸੀਂ ਤੈਨੂੰ ਲੈ ਕੇ ਜਾਵਾਂਗੇ 4 ਦਿਨ ਝੂਠਾ ਦਿਲਾਸਾ ਦੇ ਕੇ ਹੁਣ ਮੁੜ ਕੇ ਨਾਂ ਵੀ ਨਹੀਂ ਲਿਆ ਚਾ ਫਿਰ ਦੇਖ ਲਾ ਮੈਂ ਤਾਂ ਹਾਈ ਨਹੀਂ ਫੋਨ ਫਾਨ ਲਾਇਆ ਜਾਂ ਮੈਂ ਪੁੱਛਿਆ ਨਹੀਂ ਮੈਂ ਕਿਹਾ ਵੀ ਕਈ ਵਾਰੀ ਬੰਦੇ ਨੂੰ ਕੰਮ ਧੰਦਾ ਹੁੰਦਾ ਤੇ ਮੈਂ ਤਾਂ ਹੀ ਨਾ ਕਰਿਆ ਵੇ ਫੋਨ ਕੰਮ ਕੀ ਕਰਾਂ ਜਾਂ ਤਾਂ ਤੂੰ ਫੋਨ ਲਾ ਲਈ ਮਨਿੰਦਰ ਨਾਲ ਗੱਲ ਕਰ ਉਹ ਤੂੰ ਆਪ ਹੀ ਕਰ ਲਈ ਪੁੱਛ ਲਈ ਫਿਰ ਮੈਂ ਚੜਾ ਲਿਆਉਂ 2 ਘੰਟੇ ਜਾ ਕੇ ਵੇ ਹੋਰ ਚੱਲ ਵਿਚਾਰੀ 4 ਦਿਨ ਲਾ ਜੂਗੀ ਉਹਦਾ ਪਾਸਾ ਥੱਲਿਆ ਜਾਊਗਾ ਐ ਤਾਂ ਹੈਗਾ ਕਹਿੰਦਾ ਜਿੱਥੇ ਹਰਪ੍ਰੀਤ ਬੈਠੀ ਰਹੀ ਆ 10 ਦਿਨ ਉਹ ਲਾ ਜੂ 4 ਦਿਨ ਫਿਰ ਕਿਹੜਾ ਘਾਟਾ ਪੈ ਜੂਗੇ ਗੱਲ ਤਾਂ ਹੀ ਤਾਂ ਤੈਨੂੰ ਮੈਂ ਕਹਿਣੀ ਐ ਚੱਲ ਵਿਚਾਰੀ ਬੁਸ ਬੁਸ ਕਰਦੀ ਹੋਊਗੀ ਉਹਦਾ ਕਿਹੜਾ ਕੋਈ ਜਾਣ ਵਾਲਾ ਉਹ ਚਾਚੇ ਦਾ ਮੁੰਡਾ ਵਿਚਾਰਾ ਉਹ ਇੱਕ ਵਾਰ ਆਉਂਦਾ 6 ਮਹੀਨੇ ਆਉਂਦਾ ਨਹੀਂ ਉਹ ਦੂਜੇ ਹੱਥ ਡੋਰ ਹੈ ਨਾ ਉਹ ਹਾਂ ਦੂਜਾ ਕਿਸੇ ਦਾ ਕੋਈ ਲੱਗਦਾ ਨਹੀਂ ਨਾ ਹੁੰਦਾ ਆਦਾ ਭੈਣ ਭਰਾ ਦਾ ਕੰਮ ਆ ਜਾਂਦਾ ਦੂਜਾ ਪੁੱਤ ਅੱਜ ਕੱਲ ਸਭ ਮਤਬਲ ਦੇ ਐ ਹੈ ਕੋਈ ਨਹੀਂ ਕਿਸੇ ਦਾ ਠੀਕ ਹੈ ਚੱਲ ਕੋਈ ਨਹੀਂ ਤੂੰ ਉਹਨੂੰ ਕਰੀਂ ਫੋਨ ਫਿਰ ਪੁੱਛ ਲਈ ਹੈ ਚੱਲ ਚੰਗਾ ਪੁੱਤ ਹਾਂ ਚੱਲ ਕੋਈ ਨਹੀਂ ਜੇ ਮੈਨੂੰ ਫੋਨ ਕਰਦੀ ਕੋਈ ਕੰਮ ਧੰਦਾ ਮੈਂ ਇੱਥੇ ਬੈਠਾ ਪੁਲੀ ਦੇ ਆਹੋ ਨਾਲੇ ਛੇਤੀ ਆ ਜੀ ਉੱਥੇ ਨਾ ਬੈਠਾ ਰਹੀ ਉੱਥੇ ਤਾਂ ਜੇ ਟਾਈਮ ਲੱਗੂਗਾ ਤਾਂ ਖੇਡਦੇ ਨੂੰ ਜੇ ਬਾਜੀ ਫਸ ਗਈ ਫੇਰ ਚੱਲ ਦੇਖਦੀ ਹੈ ਹਰਪ੍ਰੀਤ ਨੂੰ ਫੋਨ ਕਰਦੀ ਹੈ ਵੀ ਮੇਰੀ ਮਨਿੰਦਰ ਨਾਲ ਗੱਲ ਕਰਾ ਉਹਨੂੰ ਵੀ ਕਹਿ ਦੂੰਗੀ ਵੀ ਪੁੱਤ ਕੋਈ ਨਾ ਆਊਗਾ ਕਾਲਾ ਤੈਨੂੰ 4 ਦਿਨ ਲੈਣ ਦੇਖੀ ਜਾਓ ਜੇ ਗੱਲ ਵੀ ਨਾ ਕਰਾਈ ਮੈਂ ਕਹਿੰਦਾ ਕਰਾ ਮੇਰੀ ਗੱਲ ਇਹ ਤਾਂ ਉਹੀ ਮੱਚ ਜਾਂਦੀ ਹੈ ਪਤਾ ਨਹੀਂ ਇਹਨੂੰ ਕੀ ਹੋਇਆ ਪਿਆ ਚੱਲ ਕੋਈ ਨਾ ਕਹਿ ਦਿੰਦੀ ਭੇਜ ਹੀ ਦਿੰਦੀ ਹਾਂ ਕਾਲੇ ਨੂੰ ਲੈ ਆਊਗਾ ਚੱਲ ਵਧੀਆ
ਇਹਦੀ ਵੀ ਆ ਗਈ ਵਾਰੀ, ਐਵੇਂ ਪੇਟੀ 'ਚ ਸਾਂਭੀ ਪਈ ਸੀ। ਚੱਲ ਖੇਤਾਂ 'ਚ ਘਰ ਲੈ ਲਿਆ, ਇਹਦਾ ਚਲਾ ਚਲਾ ਦੇਖਿਆ ਕਰਾਂਗੇ, ਬਾਕੀ ਲੋੜ ਰਹਿੰਦੀ ਹੈ। ਸਾਫ ਕਰਤੀ ਅਤੇ ਪਈ ਹੈ। ਹਰਪ੍ਰੀਤ ਚਾਹ ਬਣਾ ਦੇ। ਹਾਂਜੀ। ਚਾਹ ਬਣਾ ਦਿੰਦੀ? ਚਾਹ ਤਾਂ ਮੈਂ ਬਣਾ ਦਿੰਦੀ ਹਾਂ ਜੀ, ਘਰ ਕਿੰਨਾ ਸੋਹਣਾ ਹੈ ਨਾ, ਨਾਲੇ ਖੁੱਲ੍ਹਾ ਖੁੱਲ੍ਹਾ, ਮੈਨੂੰ ਤਾਂ ਬਾਹਲਾ ਸੋਹਣਾ ਲੱਗਿਆ। ਸੋਹਣਾ ਲੱਗਿਆ ਹੋਰ, ਨਾਲੇ ਉਹ ਘਰ ਤਾਂ ਆਪਣਾ ਭੀੜਾ ਜਿਹਾ ਸੀ, ਉਹ ਇੱਕ ਦੂਜੇ ਦੇ ਵਿੱਚ ਵੱਜਦੇ ਫਿਰਦੇ ਸੀ। ਮੇਰੀ ਤਾਂ ਰੀਝ ਸੀ ਖੇਤਾਂ 'ਚ ਘਰ ਹੋਵੇ, ਆਪਣਾ ਘਰ ਤਾਂ ਮੈਨੂੰ ਬਾਹਲਾ ਸੋਹਣਾ ਲੱਗਿਆ। ਆਪਣਾ ਥੋੜ੍ਹੀ ਇਹ ਘਰ, ਇਹ ਤਾਂ ਭਾਬੀ ਨੇ ਅਤੇ ਬਾਈ ਨੇ ਆਪ ਲਿਆ ਘਰ, ਜਸਮੀਤ ਦੇ ਨਾਮ ਕਰਵਾਇਆ। ਜਸਮੀਤ ਦੇ ਨਾਮ? ਤੁਸੀਂ ਤਾਂ ਕਹਿੰਦੇ ਸੀ ਆਪਣਾ ਹਿੱਸਾ ਇਸ ਘਰ 'ਚ। ਉਹ ਹਿੱਸਾ ਨਹੀਂ, ਉਹ ਤਾਂ ਮੈਂ ਉੱਥੇ ਊਂ ਕਹਿਤਾ। ਪਹਿਲੇ ਮੇਰੀ ਗੱਲ ਸੁਣ, ਜਿਹੜਾ ਆਪਣਾ ਉੱਧਰਲਾ ਘਰ ਨਹੀਂ ਸੀਗਾ, ਉਹ ਆਪਣੇ ਨਾਮ ਹੈ, ਉਹ ਬਾਈ ਨੇ ਆਪਾਂ ਨੂੰ ਛੱਡਤਾ, ਆਪਦਾ ਹਿੱਸਾ ਵੀ ਉਹ 'ਚ ਆਪਾਂ ਨੂੰ ਦੇਤਾ, ਇਹ ਬਾਈ ਦਾ ਗਾ। ਨਾਲੇ ਕਮਲੀਏ, ਮੇਰਾ ਤੇ ਬਾਈ ਦਾ ਕੁਝ ਵੰਡਿਆ ਥੋੜੀ ਹੈ, ਨਾਲੇ ਬਾਈ ਕਿਹੜਾ ਆਪਾਂ ਨੂੰ ਇੱਥੇ ਜਾਣ ਨੂੰ ਕਹਿੰਦਾ, ਐ ਮੂੰਹ ਕਰ ਲਿਆ। ਨਹੀਂ ਨਹੀਂ ਜੀ, ਮੈਂ ਤਾਂ ਨਹੀਂ ਕੀਤਾ ਐ ਮੂੰਹ, ਤੁਹਾਨੂੰ ਹੀ ਲੱਗਦਾ। ਹਾਂ ਟੈਨਸ਼ਨ ਨਾ ਲੈ, ਆਪਾਂ ਇੱਥੇ ਇਕੱਠੇ ਰਹਾਂਗੇ, ਇਹ ਆਪਣਾ ਵੀ ਘਰ ਹੈ, ਬਾਈ ਦਾ ਵੀ ਘਰ ਹੈ, ਬਸ ਗੱਲ ਇਹ ਨਹੀਂ ਹੈ ਕਿ ਨਾਮ ਜਸਮੀਤ ਦੇ ਹੈ। ਖੇਤਾਂ ਦੇ ਵਿੱਚ ਆਇਆ, ਹੁਣ ਵਧੀਆ ਖੁੱਲੇ ਆ ਖੇਤਾਂ ਦੀ ਹਵਾ, ਨਾਲੇ ਅਗਰ ਆ ਲੈ ਅੰਦਰ ਰੱਖ ਦੇ ਉੱਥੇ ਪੇਟੀ ਤੇ ਲਿਆ ਕੇ। ਤਾਂ ਹੀ ਤਾਂ ਬਾਈ ਨੇ ਆਪਾਂ ਨੂੰ ਦੇ ਤਾ ਭੀੜਾ ਜਿਹਾ ਘਰ, ਐਵੇਂ ਨਾ ਮਾਰਿਆ ਕਰ ਆਪਦੀਆਂ।